ਦੇਸ਼ ਵਿਦੇਸ਼ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਬੰਦੀ ਦੌੜ ਸ਼ਿਫਤ ਦਾ ਇਹ ਪਵਿੱਤਰ ਦਿਹਾੜਾ ਦੇਖ ਰਹੀ ਸਾਧ ਸੰਗਤ ਜੀਓ, ਅੱਜ ਸਾਰੇ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐਡਮੰਟਨ ਵਿਖੇ ਬੰਦੀ ਛੋੜ ਦਿਵਸ ਮਨਾਉਣ ਲਈ ਇਕੱਤਰ ਹੋਏ ਹਾਂ। ਸਮੁੱਚੇ ਸਿੱਖ ਜਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰ ਤੋਂ ਹੀ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐਡਮੰਟਨ ਵਿਖੇ ਚੱਲ ਰਹੇ ਨੇ, ਕੈਨੇਡਾ ਵਿਖੇ। ਇਹ ਸਮਾਗਮਾਂ ਵਿੱਚ ਭਾਈ ਧਰਮਵੀਰ ਸਿੰਘ ਜੀ ਸਿਆਲ ਦਾ ਜਥਾ, ਭਾਈ ਦਿਲਵਾਗ ਸਿੰਘ ਜੀ ਦਾ ਲੁਧਿਆਣੇ ਵਾਲਿਆਂ ਦਾ ਜਥਾ ਅਤੇ ਭਾਈ ਸੁਖਵਿੰਦਰ ਸਿੰਘ ਜੀ ਉੱਘੇ ਕਥਾਵਾਚਕ ਨੇ, ਉਹਨਾਂ ਨੇ ਕਥਾ ਰਾਹੀਂ ਸੰਗਤਾਂ ਨੂੰ ਸਵੇਰ ਦੇ ਨਿਹਾਲ ਕਰ ਰਹੇ ਨੇ। ਜਿੱਥੇ ਸਵੇਰ ਤੋਂ ਸੰਗਤਾਂ ਇਸ ਪਵਿੱਤਰ ਦਿਹਾੜੇ 'ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਆਈਆਂ ਨੇ, ਉੱਥੇ ਸੰਗਤਾਂ ਨੇ ਵੱਡੀ ਮਾਤਰਾ ਵਿੱਚ ਆ ਕੇ, ਵੱਡੇ ਪੱਧਰ 'ਤੇ ਆ ਕੇ ਜਿੱਥੇ ਗੁਰੂ ਨੂੰ ਨਮਸਕਾਰ ਕੀਤਾ, ਉੱਥੇ ਗੁਰੂ ਘਰ ਦੀ ਸੇਵਾ ਵੀ, ਚਾਹੇ ਲੰਗਰਾਂ ਦੀ ਸੇਵਾ, ਦੇਗ 'ਤੇ ਸੇਵਾ, ਵੱਖ ਵੱਖ ਤਰੀਕੇ ਦੀ ਜਿੱਥੇ ਜਿੱਥੇ ਕਿਸੇ ਨੇ ਸੇਵਾ ਕੀਤੀ ਹੈ, ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਧੰਨਵਾਦ। ਭਾਈ ਰਣਜੀਤ ਸਿੰਘ ਖਹਿਰਾ ਜੋ ਹਮੇਸ਼ਾ ਹੀ ਗੁਰੂ ਘਰ ਵਿੱਚ ਕੋਈ ਵੀ ਸਮਾਗਮ ਹੋਵੇ ਵੀਡੀਓ ਦੀ ਫ੍ਰੀ ਸੇਵਾ ਕਰਦੇ ਨੇ, ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ। ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਇਸ ਪਵਿੱਤਰ ਤਿਉਹਾਰ 'ਤੇ, ਇਸ ਪਵਿੱਤਰ ਦਿਵਸ 'ਤੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਅਤੇ ਅਕਾਲ ਪੁਰਖ ਅੱਗੇ ਅਰਦਾਸ ਹੈ ਆਉਣ ਵਾਲਾ ਸਾਲ ਜਿਹੜਾ ਬੰਦੀ ਛੋੜ ਦਿਵਸ ਹੈ ਖਾਲਸਾ ਪੰਥ ਲਈ ਚੜ੍ਹਦੀ ਕਲਾ ਵਾਲਾ ਹੋਵੇ, ਖਾਲਸਾ ਪੰਥ ਵੱਡੀਆਂ ਮੱਲਾਂ ਮਾਰੇ ਅਤੇ ਇਸੇ ਤਰ੍ਹਾਂ ਸੰਗਤ ਇਕੱਠੀ ਹੋ ਕੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਦਿਵਸ ਮਨਾਉਣ ਦਾ ਸਾਨੂੰ ਸਭ ਨੂੰ ਬਲਉਤਮ ਸ਼ਕਤੀ ਬਖਸ਼ਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।